ਸ਼ਮਾਦਾਨ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਰੇਡੀਓ ਪੰਜਾਬ ਟੂਡੇ ਦੇ ਚਰਚਿਤ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਪਹਿਲਾਂ ਤੁਹਾਡੀ ਨਜ਼ਰ ਕਰਦੇ ਹਾਂ ਕੁਝ ਵਪਾਰਕ ਸੁਨੇਹੇ। ਅਮਰੀਕਾ ਵਿੱਚ ਸਿੱਖ ਅਸਾਈਲਮ ਕੇਸਾਂ ਦੇ ਮਾਹਿਰ ਸੀਨੀਅਰ ਅਟਾਰਨੀ ਐਮੀ ਜੈਲ, ਜੋ ਲਗਾਤਾਰ 1987 ਤੋਂ ਹਜ਼ਾਰਾਂ ਸਿੱਖਾਂ ਨੂੰ ਰਾਜਸੀ ਸ਼ਰਨ ਦਵਾ ਚੁੱਕੇ ਨੇ, ਇਹਨਾਂ ਦੀ ਸਿੱਖ ਅਤੇ ਪੰਜਾਬੀ ਜੈਲ ਐਂਡ ਜੈਲ ਲਾਅ ਫਰਮ ਦੀ ਮਿਹਨਤ ਸਦਕਾ ਅਮਰੀਕੀ ਨਾਗਰਿਕ ਬਣ ਚੁੱਕੇ ਨੇ। ਜੇਕਰ ਤੁਸੀਂ ਅਸਾਈਲਮ ਦੇ ਕੇਸ ਲੜ ਰਹੇ ਹੋਰ ਵਕੀਲਾਂ ਦੇ ਲਾਰਿਆਂ ਤੋਂ ਤੰਗ ਪਰੇਸ਼ਾਨ ਹੋ, ਤਾਂ ਜੈਲ ਐਂਡ ਜੈਲ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਨਾਲ 7186121188 'ਤੇ ਕਾਲ ਕਰ ਸਕਦੇ ਹੋ, ਜਾਂ ਫਿਰ ਇਹਨਾਂ ਦੇ ਆਫਿਸ ਨੰਬਰ 2126192859 'ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਵਧੀਆ ਨਵਾਂ ਘਰ ਜਾਂ ਬਿਜ਼ਨਸ ਬਣਾਉਣਾ ਹੈ ਜਾਂ ਐਡੀਸ਼ਨ ਕਰਾਉਣੀ ਹੈ, ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਸੰਪਰਕ ਕਰੋ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ। ਫੋਨ ਨੰਬਰ ਹੈ ਜੀ 2069415454। ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਐਂਡ ਪੇਰੋਲ ਟੈਕਸਿਸ, ਸਟੇਟ ਟੈਕਸਿਸ, ਬਿਜ਼ਨਸ ਟੈਕਸਿਸ ਦੀਆਂ ਸੇਵਾਵਾਂ ਲੈਣ ਦੇ ਲਈ ਇੱਕੋ ਇੱਕ ਤਸੱਲੀ ਬਖਸ਼ ਅਦਾਰਾ, ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸੋਲ ਅਤੇ ਲੋਕਪਾਲ ਸੋਲ ਨਾਲ ਤੁਸੀਂ ਗੱਲ ਕਰ ਸਕਦੇ ਹੋ। ਫੋਨ ਨੰਬਰ 2533520886। ਇਹਨਾਂ ਦਾ ਪਤਾ 24915104 Avenue ਸਾਊਥ ਈਸਟ ਕੈਂਟ, ਵਾਸ਼ਿੰਗਟਨ। ਤੁਸੀਂ ਇਹਨਾਂ ਨਾਲ ਪੰਜਾਬੀ ਵਿੱਚ ਵੀ ਗੱਲ ਕਰ ਸਕਦੇ ਹੋ। TA ਮੰਡੇਰਾ ਦਾ ਰੀਫਰੈਸ਼ ਟਰੈਵਲ ਪਲਾਜ਼ਾ, ਅਤੇ ਫਿਊਲ ਕਾਰਡ ਨਾ ਹੋਣ 'ਤੇ ਵੀ ਟਰੱਕਰਸ ਲਈ ਵੱਡੀ ਰਿਬੇਟ। ਇਸ ਤੋਂ ਇਲਾਵਾ ਦੇਸੀ ਘਿਓ 'ਚ ਬਣਿਆ ਪੰਜਾਬੀ ਖਾਣਾ ਪੰਜਾਬੀ ਢਾਬੇ 'ਤੇ ਖਾ ਸਕਦੇ ਹੋ। ਇੱਥੇ ਪੀਜ਼ਾ ਹੱਟ, KFC, ਫੈਟ ਬਰਗਰ ਅਤੇ ਹੋਰ ਫੂਡ ਆਊਟਲੈਟਸ ਵੀ ਨੇ। ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਵੀ ਆਨੰਦ ਮਾਣ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਰਵੀ ਗਰੇਵਾਲ ਜਾਂ ਸਚਿਨ ਮਲਿਕ ਹੋਣਾ ਦੇ ਨਾਲ। ਫੋਨ ਨੰਬਰ ਹੈ ਜੀ 5599034627। ਲੋਕੇਸ਼ਨ ਹਾਈਵੇ 99 exit 144 Avenue 7। ਸਿਆਟਲ 'ਚ ਵਾਸ਼ਿੰਗਟਨ ਫਰੇਟ ਸਰਵਿਸ ਨੂੰ ਓਨਰ ਓਪਰੇਟਰਸ ਦੇ ਡਰਾਈਵਰਸ ਦੀ ਲੋੜ ਹੈ, ਚੰਗਾ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ। ਇੱਕ ਵਾਰ ਸੰਪਰਕ ਕਰੋ ਜਗਦੇਵ ਸੰਧੂ ਹੋਰਾਂ ਦੇ ਨਾਲ। ਫੋਨ ਨੰਬਰ 2532666924। ਸਕਿਨ, ਹਾਈਪਰਟੈਂਸ਼ਨ, ਸ਼ੂਗਰ ਜਾਂ ਫਿਰ ਸੈਕਸ ਰਿਲੇਟਡ ਕੋਈ ਵੀ ਬਿਮਾਰੀ ਹੋਵੇ, ਤਾਂ ਤੁਸੀਂ ਅਮਰੀਕਾ ਦੇ ਮਸ਼ਹੂਰ ਹੋਮਿਓਪੈਥਿਕ ਦੇ ਡਾਕਟਰ ਹਰਮਿੰਦਰ ਨਾਲ ਗੱਲ ਕਰ ਸਕਦੇ ਹੋ। ਫੋਨ ਨੰਬਰ 4087377100। ਤੁਸੀਂ ਇਸ ਨੰਬਰ 'ਤੇ ਆਪਣੀ ਅਪੁਆਇੰਟਮੈਂਟ ਬੁੱਕ ਕਰਾ ਸਕਦੇ ਹੋ। ਇਹ ਫੋਨ 'ਤੇ ਹੀ ਤੁਹਾਡੇ ਨਾਲ ਪੰਜਾਬੀ ਵਿੱਚ ਸਲਾਹ ਮਸ਼ਵਰਾ ਕਰਦੇ ਨੇ ਅਤੇ ਤੁਹਾਡੇ ਘਰ ਦਵਾਈ ਭੇਜ ਦਿੰਦੇ ਨੇ। ਦੋਸਤੋ, ਇਹ ਸਨ ਕੁਝ ਵਪਾਰਕ ਸੁਨੇਹੇ। ਅਤੇ ਪ੍ਰੋਗਰਾਮ ਸ਼ਮਾਦਾਨ ਦੇ ਇਸ ਭਾਗ ਦੇ ਵਿੱਚ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ। ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਢਿੱਲੋਂ ਸਾਹਿਬ, ਪੰਜਾਬ ਸਰਕਾਰ ਪੁਲਿਸ ਐਕਟ ਦੇ ਵਿੱਚ ਸੋਧ ਕਰਨ ਜਾ ਰਹੀ ਹੈ DGP ਦੀ ਨਿਯੁਕਤੀ ਨੂੰ ਲੈ ਕੇ। ਦੇਖੋ, ਕੱਲ੍ਹ ਮਾਨਸਾ ਦੇ ਵਿੱਚ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਹੋਈ ਸੀ ਜੀ। ਕੁਝ ਗੱਲਾਂ ਬਾਹਰ ਆਈਆਂ ਕਿ ਉਸ ਮੀਟਿੰਗ ਦੇ ਵਿੱਚ ਕੀ ਫੈਸਲੇ ਲਏ ਹੈ, ਲੇਕਿਨ ਸਾਰੀਆਂ ਗੱਲਾਂ ਬਾਹਰ ਨਹੀਂ ਆਈਆਂ, ਕਿਉਂਕਿ ਵਿਧਾਨ ਸਭਾ ਦਾ ਸੈਸ਼ਨ 19-20 ਤਾਰੀਖ ਨੂੰ ਬੁਲਾਉਣ ਦਾ ਫੈਸਲਾ ਕੀਤਾ। ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਕੁਝ ਮਸਲੇ ਜਿਹੜੇ ਹੈਗੇ ਆ ਉਹ ਪੇਸ਼ ਕੀਤੇ ਜਾਣਗੇ ਜੀ। ਜੋ ਇੱਕ ਖਬਰ ਆਈ ਹੈ ਆਪਣੇ ਸਾਹਮਣੇ, ਉਹ ਹਿੰਦੁਸਤਾਨ ਟਾਈਮਸ ਦੀ ਖਬਰ ਹੈ ਜੀ, ਔਰ ਉਹ ਖਬਰ ਬੜੇ ਆਪਾਂ ਕਹਿ ਸਕਦੇ ਹਾਂ ਖੋਜੀ ਪੱਤਰਕਾਰ ਜੀ ਅਰਵਿੰਦਰ ਵਾਸੂਦੇਵਾ ਨੇ ਲਿਖੀ ਹੈ ਜੀ। ਮਿਹਨਤ ਉਹਨੇ ਕਾਫੀ ਕੀਤੀ ਹੈ। ਉਹਨੂੰ ਇਹ ਜਾਣਕਾਰੀ ਮਿਲੀ ਹੈ ਕਿ ਜਿਹੜਾ ਪੁਲਿਸ ਐਕਟ ਹੈ, ਪੁਲਿਸ ਐਕਟ 2007 ਵਾਲਾ ਜੀ, ਉਹਦੇ ਵਿੱਚ ਕੁਝ ਅਮੈਂਡਮੈਂਟ ਕੀਤੀ ਜਾ ਰਹੀ ਹੈ ਜੀ। ਕਾਹਦੇ ਵਾਸਤੇ ਕੀਤੀ ਜਾ ਰਹੀ ਹੈ? ਉਹਦਾ ਕਾਰਨ ਹੈ ਕਿ ਮੌਜੂਦਾ DGP ਮਿਸਟਰ ਗੌਰਵ ਯਾਦਵ ਨੂੰ ਰੈਗੂਲਰ DGP ਬਣਾਇਆ ਜਾ ਸਕੇ ਜੀ। ਇਸ ਵੇਲੇ ਗੌਰਵ ਯਾਦਵ ਸਾਹਿਬ ਐਕਟਿੰਗ DGP ਹੈ ਜੀ। ਨਿਯਮ ਇਹ ਹੈ ਕਿ ਜਦੋਂ ਕੋਈ DGP ਰਿਟਾਇਰ ਹੋ ਜਾਵੇ ਜਾਂ ਉਹਦੀ ਬਦਲੀ ਹੋ ਜਾਵੇ, ਉਹਦੀ ਜਗ੍ਹਾ 'ਤੇ ਐਕਟਿੰਗ DGP ਤੁਸੀਂ ਲਾ ਸਕਦੇ ਹੋ, ਪਰ 6 ਮਹੀਨਿਆਂ ਦੇ ਵਿੱਚ ਤੁਹਾਨੂੰ ਇੱਕ ਜਿਹੜਾ ਹੈਗਾ, ਜਿੰਨੇ ਤੁਹਾਡੇ ਕੋਲ ਸੀਨੀਅਰ IPS ਅਫਸਰ ਹੈ DGP ਲੈਵਲ ਦੇ, ਉਹਨਾਂ ਸਾਰਿਆਂ ਦੀ ਲਿਸਟ ਭੇਜਣੀ ਪੈਂਦੀ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਕੋਲ ਜੀ। ਅਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਉਹਦੇ ਵਿੱਚੋਂ 3 ਬੰਦਿਆਂ ਦੀ ਚੋਣ ਕਰਦਾ ਹੈ ਜੀ। 3 ਬੰਦਿਆਂ ਦੀ ਚੋਣ ਕਰਕੇ ਉਹਨਾਂ ਦਾ ਸਾਰਾ ਰਿਕਾਰਡ ਵਗੈਰਾ ਦੇਖ ਕੇ ਅਤੇ ਉਹ ਸਟੇਟ ਗੌਰਮੈਂਟ ਕੋਲ ਭੇਜ ਦਿੰਦਾ ਹੈ। ਫਿਰ ਸਟੇਟ ਗੌਰਮੈਂਟ ਦੇ ਕੋਲ ਇਹ ਅਧਿਕਾਰ ਹੈ ਕਿ 3 ਦੇ ਵਿੱਚੋਂ ਜਿਹਨੂੰ ਮਰਜ਼ੀ ਹੈ DGP ਲਾ ਦੇਵੇ ਜੀ। ਇਹ ਜਿਹੜਾ ਹੈਗਾ ਫੈਸਲਾ ਸੁਪਰੀਮ ਕੋਰਟ ਦਾ ਹੈ ਜੀ। ਅਤੇ ਸੁਪਰੀਮ ਕੋਰਟ ਨੂੰ ਇਹ ਫੈਸਲਾ ਕਿਉਂ ਲੈਣਾ ਪਿਆ,
गल देखने वाली ये भी है जी। ये फैसला इसलिए लेना पिया कि मिस्टर प्रकाश सिंह जिहड़े भारत के एक मन्ने परमन्ने पुलिस अफसर है रिटायर हो चुके है वो यूपी के डायरैक्टर जनरल ऑफ पुलिस रहे है भाव उतों के डी जी पी रहे है। उन्होंने एक पटीशन पाई सी सुप्रीम कोर्ट च तो उस पटीशन दे पाउण दा मतलब ते मकसद ये सी कि जिहड़े एस एच ओ है जिले का कप्तान है तो डी जी पी है इनू एक दे लई टाइम टेबल मिथया जाए कि इन्ने समय लिए पक्के तौर पर उत्थे रह सकदा है ताँ कि उन्हों राजसी जी दखल अंदरदाजी तो बचाया जा सके जी। जो किसी बंदे नू पता है कि मैं कोई बदल ही नहीं सकता, मैं दो साल दे लई एस एच ओ रहना या दो साल दे लई एस एस पी रहना या दो साल दे लई डी जी पी रहना, वो फिर सरकार दे नजायज़ हुक्मां नू नहीं मनता हुंदा जी। लेकिन साढ़े तो बाबा आदम बड़ा निराला है जी, क्योंकि इतने कानून होर बन जाता है तो वो अर्थ होर निकलने शुरू हो जाते, तरीकाकार कढ लिया जाता है। पंजाब दे विच तरीकाकार बहुत वधिया तरीके नाल इन्होंने कढ़िया होया है। उदे च यह कि एस एच ओ नू कह दिंदे तू लिख के दे कि मैं नहीं रहना जी, मैनू तो मजबूरी है, मैनू अपने जिहड़ा हैगा कम नहीं मेथों ज़्यादा हुंदा, मैं होर कम करना, मैनू कितें होर ला दिओ जी। वो अपने आप नू कंपेल कर दिंदे भी तू कह मैं बदली, मेरी बदली करो जी, और वो तो लिखा के तो थान देते फिर आपका चहेता ला लेंगे। आप पिछली सरकार के देखा एक बात, ज़्यादातर अकालियों लोग बदनाम करते होंगे लेकिन घट कांग्रसियों ने भी नहीं की जी। अपने सिविल लाइन थाने के एक हौलदार ही 3 साल एस एच ओ रह गया जी, वो सी हौलदार अडहाक ए एस आई अडहाक सब इंस्पैक्टर अडहाक ही इंस्पैक्टर जी, तो उन्हों ना इल तो कुकड़ नहीं आता सी, ना लिखना आता सी, ना पढ़ना आता सी, सब इंस्पैक्टर काबल बंदे उहदे मतहत कम करदे हुंदे सी, बाकी हूँ जहाँ जाओ मार लैंदा सी, बाकी काम जिहड़ा करना हुंदा मतलब उसला काम उहनूं सारा आउंदा सी, जिहड़ा पुलिस दा काम आ उहनूं आउंदा नहीं सी, उहे जिहे बंदे रह के चले गए। सो इह जदों मामला सुप्रीम कोर्ट च गया तो सुप्रीम कोर्ट ने देखा भी गल तां ठीक है, आपां इह कर दईए, उन्होंने फैसला करता तो नाल उन्हें कहता कि डी जी पी है जिहड़ा इहदी नियुक्ति कल्ली सरकार ते ना छड्ड दिओ जी, वी सरकार आपदी मर्जी ते जिहनूं मर्जी इह बंदे नूं ला लवे, कोई दागी बंदा भी हो सकदा है जी। ये मामला यूनियन पब्लिक सर्विस कमीशन जिहड़ा आई एस आई पी एस आई आर एस आई एफ एस जिहड़ा वड्डे अफसरां नूं भर्ती करदा उहदे कोल भेज दिओ जी। एक जिहड़ा कानून पंजाब दे विच जो पुलिस एक्ट बनया अमेंडमेंट हुई है, यह नवां पुलिस एक्ट 2007 च बनया सी जदों सरदार प्रकाश सिंह बादल पंजाब दे मुख्यमंत्री हुंदे सी जी। फिर 2017 आ गई, 2017 दे विच फिर थोड़ी जिही दे विच अमेंडमेंट करन दी कोशिश कीती साडी कैप्टन सरकार ने जी। कैप्टन सरकार ने की अमेंडमेंट करने की कोशिश की, उन्होंने कहा जी गल ये है भी असी एक कमेटी बना देंगे 6 मैंबरी कमेटी जी, ये 6 मैंबरी कमेटी है जी ये फैसला करूगी भी किनू आपां इहदे विचों बनाउणा है डी जी पी, तो सानू कानू एवें तुसीं उहदे कोले तोरी फिरोंगे यूनियन पब्लिक सर्विस कमीशन कोले जी। तो उन्होंने कहता कहें जी आ लो ठीक है, इन्होंने बना के सारा कुछ अमेंडमेंट करती एक्ट के सैक्शन 6 है जिहड़ा उहदे विच अमेंडमेंट करती, ये कहिंदे वी जिहड़ी कमेटी है इस कमेटी के मैंबर कौन होणगे जिहड़े 6 मैंबर होणगे, इहदे विच उन्होंने कहा जी एक तां जिहड़ा चीफ सैकटरी होगा पंजाब का वह होगा, दूजा चीफ सैकटरी जिहड़ा हैगा होम अफेयरस का वह होगा, प्रिंसीपल सैकटरी होम अफेयरस जिहड़ा डी जी पी जा रहा है जिन्हें जाना है एक वह हो जूगा, एक कोई इंटरनल सिक्योरिटी मैटर के नाल संबंधित व्यक्ति होगा वगैरह वगैरह, कहिंदे 6 मैंबरी कमेटी असीं ये बना देंगे तो ये असीं ये गल कर लाँगे, वो कहिंदे ठीक है कर लो जी अमेंडमेंट इन्होंने करन तो जिहड़ा हैगा प्रपोजल बना के तो ये भेजती सुप्रीम कोर्ट नूं। सुप्रीम कोर्ट दे विच जाके पटीशन पाती भी आ लो जी असीं पाती पटीशन तो सानू तुसीं इहदी मंजूरी दे दिओ, तो इस सुप्रीम कोर्ट ने वो पटीशन जिहड़ी हैगी है 16 जनवरी 2019 नूं रद्द करती। तो ढिल्लों साहब ये राजपाल कोल भी जाती है अमेंडमेंट जिहड़ी, मैं तुहानूं दस्सदा वो आप अगे आउणे आ, वो जाऊगी अजे उन्होंने वो जी 2019 16 जनवरी 2019 नूं वो पटीशन रद्द करती जिहड़ी अमेंडमेंट जिहड़ी है कैप्टन अमरिंदर सिंह हुणी करना चाहुंदे सी, क्यों कि आपदी मर्जी का डी जी पी ला लीए, जो अमेंडमेंट रद्द हो गई तो फिर इन्हों भेजना पै गया पैनल जी। पैनल दे विचों फिर जिहड़े हैगे 3 बंदे आ गए सी, एक आ गए सी दिनकर गुप्ता जी, दूजे आ गए सी मिस्टर एस चट्टोपाध्याय, तीजे आ गए सी मुहम्मद मुस्तफा जी। तो कैप्टन अमरिंदर सिंह ने आपकी मनमर्जी का जिहड़ा बंदा चुनना सी उन्होंने दिनकर गुप्ते नूं चुन लिया जी। इन्होंने फिर दोनों ने सुप्रीम कोर्ट से इन्होंने जिन्हें भी जिन्हें अदालतों से जां ट्रिब्यूनल से चाराजोई की, लेकिन इन्हों फिर वो राहत नहीं मिली कोई जी। हुण जिहड़े हैगे एस चट्टोपाध्याय जिहड़े हैगे बदल चले गए सी जी, उस तो बाद
अपने भावरा साहब आ गए सी जी, भावरा साहब नू भी सिद्धू मूसेवाले दे मरण तो बाद तोड़ता ते ला दिते ए ए डी जी पी जी। ए डी जी पी लगे हुए अपने एक्टिंग डी जी पी लगे हुए, ए दा मतलब एक्टिंग ते डी जी पी लगे हुए है। लेकिन जी 6 महीने का टाइम तो पूरा हो गया, जिहड़ा सेंट्रल होम मिनिस्ट्री है उन्होंने चिट्ठी भी लिखती भी भाई तुसीं बंदा नहीं भेजिया जी, बंदा हुणे भेजदे आ, जे ये भेजणगे तो उहदे चों ना ही नहीं ज़्यादा जी, जिहड़े अपने गौरव यादव साहब इन्हां दा ना नहीं ज़्यादा, क्योंकि डी जी पी पहला जिहड़े हैगे जिहड़े रेगूलर डी जी पी है वह बनते हैं जी। पर क्योंकि चाहते भी असीं आपदी मर्जी का लाउणा, इह तां दिंदे सी ना भी वह मन मर्जी करदे, हुण इह कहिंदे सी आपदी मर्जी का लाउणा। यह हुण जिहड़ी हिंदुस्तान टाइम्स की खबर है वासुदेवा ने रविंदर ने लिखी, वह कहिंदा भी ये कर सकते जी, उन्हें बहुत सारी मतलब भकाई भकुई की खबर बोलती है वो जी कि उन्हें बड़े अफसर की, पर अफसर ने ना किसी ने नहीं दसिया, तो पुष्टि करती है कि गल यह जी हैगी है जी। हुण अगे ये अमल होंगे कि नहीं होंगे, क्योंकि खबर ही आपकी आप बोलती है जी कि जो तुम अमेंडमेंट कर दोगे तो यह अमेंडमेंट सिरे नहीं चढ़नी। कारण पहली गल तो यह मामला जाऊगा गवर्नर को जी, गवर्नर के राही यह मामला जाऊगा राष्ट्रपति को जी, ना तो गवर्नर ने इनू हरी झंडी देनी है जी, तो ना ही राष्ट्रपति ने देनी। ये भी हो सकता कि राष्ट्रपति फिर सुप्रीम कोर्ट को भेज दे जी। मोर ओवर जो पंजाब सरकार चाहे उत्थे प्रकाश सिंह बादल बैठा सी, चाहे उत्थे अज बैठा है भगवंत सिंह मान, चाहे उत्थे कैप्टन अमरिंदर सिंह बैठा सी जी, जो एक बार सुप्रीम कोर्ट ने फैसला करता कि हो ही नहीं सकता, तो जे हुणे हुणे बल्लों बल्ली पंगा लैणगे तो फिर मूँह दी खाणी पैनी है। मेरा नहीं ख्याल कि इस मामले ये कामयाब हो जाएंगे जी। ढिल्लों साहब अगली गल भी पंजाब सरकार नाल ही जुड़ती है, तो खबर भी है पहला बिजली के रेट वधे आ, तो हुण कहिंदे पेट्रोल ते डीजल जिहड़े आ 620 करोड़ रुपए तक आम लोगों की जेब ते बोझ बनन जा रहा, इहदे बारे की कहना? इहदे बारे कहना की है, देखो भगवंत सिंह मान होरां दी सरकार आपदे वादे पूरे कर रही है जी। उन्होंने वादा कीता सी लोगों नाल कि भाई बीबीओ थोनू तां देवांगा 1000-1000 रुपया हर महीने टणकता आया करूँ जी, 16 साल तो उपर दी हो जी, तो 300 यूनिट जी पर मंथ वो होगी फ्री हरेक बंदे जी, जिन्हों का लोड थोड़ा घट है, तो 2 महीने का 600 यूनिट है वो थोड़ी माफ हो, 2 महीने का सर्कल हों अपने जी, ये आप कुछ नहीं करना तो बाकी ठीक ठाक है जी। उस तो बाद फिर इन्होंने मर लक दिन जी हैगी है, अजे बीबिया का पैसा तो नहीं दिता, 600 यूनिट वाला काम है जी। आप उदों ही कहा सीगा कि ये एक पास तो यह तरीका कर रहे कि एक पास तुम जेब के पैसा पाई आओ तो दूजे पासों गिजे चो पट्टी आओ जी, हाथ पा के बटुआ ही कड़ लो, ये गल होगी पैसा कितों लैके आएंगे जी। हूँ इन्होंने ये गल कर दी है कि लो जी बिजली तो थोड़ियाँ जी उपरलिया दर वाधू की नाल, दूजी बारी वाधा हो गया एक ही नहीं होया जी, लगभग 2 रुपये क्योंकि ऊँ तो वैसे घट है 92-93 पैसे वाली गल की है, ये 92-93 पैसे करते होंगे तो वह मतलब ये होंगे रुपया पूरा ही हो जाता है जी, कोई ना किसी को मोड़ता तो ना मुड़वा किसी को टाइम होंगे। कार्ड अजकल अपने लोग बहुत घट वरतते जी, वो कहें लो जी असं ये करता, ये तो हूँ रौला पैना शुरू हो गया। कांग्रेस पार्टी वाले कहते भी भले मानसो सानू कहने भी कांग्रसियों ने किया कुछ नहीं, साढ़े तो मुख्यमंत्री ने 10 रुपये डीजल घटाता सी पेट्रोल घटाता सी, तो तुम बधाई जाते हो। सुखबीर सिंह बादल कहता कहें जी तो लुट सुट वाला काम हो गया जी, ये तो लोगों जेबा कट्टनिया शुरू कर दी। सुखबीर बादल नाल यह गल भी कहता कि ये कली ना देखो कि तेल का भाव बढ़ गया ढोआ ढोआई सारे भाव बदल गए जी, कीमत बदल गई, ढोआ ढोआई वास्ते भी तो मतलब डीजल तो पेट्रोल ही चलते जी, ट्रेनों के भी अजक डीजल चलता है, ट्रकों भी डीजल चलता है, वो कहते भी ये फिर मतलब जी है तरथली पै जानी जी। मैं आम आदमी पार्टी के जोड़े है अपने बुलारे चीफ स्पोक्सपर्सन जी मालविंदर सिंह कंग उन्होंने भी सुने जी, क्योंकि भारतीय जनता पार्टी ने भी ये बहुत इतराज उठाया जी, वो कहते भी भगवंत मान की सरकार जी लारे लप्पे टमा टपाती समा टपाई है, ये कहें जी आह कर देंगे जिन्ना भार लाने दुगुना पा देंगे जी, तो भार तो लेंदे ही नहीं क्योंकि पैसे तो किसी ना किसी रूप के सरकारी खजाने चु भी आएंगे तुहाडे कोल हो जाएंगे, तुहाडे कोल तुसीं कहोगे मेरा कड़ा इनकम टैक्स जाता है जी, तुसीं तीलां वाली माचिस अपनी डब्बी लैंदे हो, तुसीं कोई नमक का पैकेट लैंदे हो, तुसीं कोई सीमेंट का गट्टा लैंदे हो, टूथपेस्ट लैंदे हो, ब्रश लैंदे हो, हर चीज़ उत्ते टैक्स है जी, उहदे राहीं पैसा आउंदा है। मोर ओवर अगली गल यह भी भगवंत सिंह मान होरां ने पिछले दिनों गल कही सी, कहिंदे खजाना तो कहिंदे खाली हुंदा ही नहीं हुंदा जी, खजाना तो भरी जांदा हुंदा है, ये तो कहते पहले आता नहीं कम नहीं आता सूँ कम आता है जी, तो जे भाई खजाना भरी जाता तो फिर आप रेट क्यों बधाते जी, यदा मतलब यह है कि रेट इन्ह इन्ह ने बधाने बधाने से
हुण अगले भी सवाल खड़े होंदे, बहुत सारे लोगों ने सवाल खड़े करते, सोशल मीडिया से बड़ा खौरू पी जाता जी। वो पूछते हैं भी केजरीवाल साहब कहते मेरे को पैसों का एन पूरा हिसाब किताब है, 50,000 करोड़ रुपया इतों कट लाँगे, 30,000 इतों कट लाँगे, आ सारा कट लेंगे, कोई अपने थोड़े यार रेते बजरी चो कहते फिर कहते शराब वाले मामले चो कट लेंगे। शराब वाले मामले जी दिल्ली वाली शराब पॉलिसी वो पंजाब लागू करती जी, दिल्ली वाली वापस ले ली सी, पंजाब वाली लागू हुई पई है जी। पंजाब कहते जी ऐतकी सानू मुनाफा बढ़ गया, लोग कही जाते पिछले बारी लुट खसुट हुई है वह साहब जी, तो हूँ पता लगे कि वो सुशोधिया साहब तो उत्थे मतलब जो है इस वे तो जमानत भी नहीं मिल रही जी, पैरोल भी नहीं मिली, उन्होंने वाइफ जी है बीमार से वह करके जी। वो कहते भी हूँ शायद वो जे ईडी वाले है वो पंजाब वाले पास भी कहते पैड़ा नपते फिरते हैं जी, है कुछ बंदे पिछले दिनों कुछ अफसरों साढ़े पुछगिछ भी की थी जी, कहन जो मर्जी है कही जान कि जी असी चंगा प्रशासन दे रहे हैं, लेकिन 14-15 महीने हुए सरकार बनी, 14-15 महीनों के जो 2 वारी डीजल तो पेट्रोल के रेट बदन लग जा जी, तो फिर तुम अंदाजा लाओ कि अजे 4 साल तो अपना 3 साल तो उपर 4.5 साल के करीब टाइम पे जी, 4.5 साल तो बहुत बुरा हो जू। मालविंदर सिंह कंग की आप गल करते कहें जी देखो गल ये साढ़े नाल धक्का करती है भारत सरकार, हुण असीं करिए कि साडा पैसा नहीं दिंदे जी। रूरल डिवेलपमेंट फंड कहिंदे जी साडा 3-4 हज़ार करोड़ रुपये तो रोकी बैठे, रूरल डिवेलपमेंट फंड का तलक तेल नाल नहीं है, वो पिंडां नाल तलक है। फिर वो कहिंदे जी साडा जिहड़ा हैगा हैल्थ वाला पैसा बड़ा रोकी बैठे, हैल्थ वाले पैसे उत्ते भी उन्हां दा जवाब आ गया, वो कहिंदे हैल्थ का पैसा जिहड़ा हैगा इह दो किस्म दा मिश्र है, एक हैगा अर्बन नैशनल मिशन है, एक रूरल नैशनल मिशन हैल्थ मिशन है जिहड़ा जी। तो वह कहते भी ये तो जिहड़े हैगे जिहड़े जिहड़े बने हुए हस्पताल है, बने हुए हस्पतालों का रख रखा उन्होंने अपग्रेड करना, उन्होंने दवाइयां बूटियां देनिया, पैसा असीं उहदे वास्ते देना, कहते ये पैसा असीं तुहाडे वास्ते नहीं देना, भी तुसीं बड़े बड़े जिहड़े हस्पताल उन्हां नूं कर दिओ बंद, तो निके निके महल्लियां दे विच खोल दिओ क्लीनिक, कह दिओ भाई तां महल्ला क्लीनिक है जी, उत्थे लिया के तो उत्थे भगवंत मान की भी फोटो लग जाए, केजरीवाल की फोटो लग जाए, कहिंदे भी तुहाडियां फोटोआं लाउण वास्ते असीं पैसा तुहानूं क्यों देईए जी। तो मैं मांडवी आ जिहड़ा मंत्री आ केंद्र दा इस महकमे दा जी, वो कहिंदा जी साडी स्कीम ही खत्म करती असीं पैसे क्यों देईए जी, साडी स्कीम है नहीं जिहड़ी केंद्र दी स्कीम है, नैशनल हैल्थ मिशन है जिहड़ी ओह, जां रूरल हैल्थ मिशन है जिहड़ा नैशनल अर्बन हैल्थ मिशन नैशनल रूरल हैल्थ मिशन, उहदे तहत जिथे पैसा जाना चाहिए असीं उत्थे जा नहीं रहे। मेरे एक बड़ी इंट्रस्टिंग जी गल याद आ गई जी, तुहाडे याद होणा जदों भगवंत सिंह मान अपोजिशन दे विच हुंदे सी 2017 दे लई मतलब ये कंपेन करते हुंदे सी, उह तो पहला मतलब इन्होंने पार्लीमेंट वास्ते भी कंपेन की, उदों एक गल कहिंदे हुंदे सी कहिंदे देखो जी हुण तां साडियां बीबियां नूं घुंड कढ़णा पिया करो जी, कहिंदे पतंदर हर गल दे उत्ते फोटो ला दिंदे, हर गल ते फोटो ला दिंदे, वो माल माए माई भागो वाली स्कीम चलाई सी जिहदे राहीं कुड़ियां नूं साइकिल दिते सी, कहिंदे जी चैन कवरां दे उत्ते माई भागो दा नाम रखिआ लिखिया वै, तो मूहरे टोकरी के उत्ते प्रकाश सिंह बादल का नाम लिखा वै जी, इवें जिवें जिहड़े हैगे आ अपनियां जिहड़ियां 108 गड्डियां सी उन्हां दे उत्ते प्रकाश सिंह बादल दीआं तस्वीरां लातीआं सी, पैसा सेंटर दा है जी, वह कर कांग्रसियों ने विरोध किया, उदों तस्वीरां वगैरह पटतीआं सी, फिर तस्वीरां हटाउणियां पै गईआं सी, प्रकाश सिंह बादल नूं हटाउणियां पै गईआं सी, जदों इलैक्शन का टाइम आ गया उदों इलैक्शन कमिशन ने कहा सी इन्हां नूं हटाओ, फिर वह कूची कूची फिर गई सी, फिर वह कहिंदे जी पतीलियां ते भांड्यां ते वी हुण आ जाया करनगीआं, फिर वह तस्वीरां लगनगीआं, तो जो भांडा मांजना पतीला मांजना किसी बीबी ने मूहरे प्रकाश सिंह बादल दाड़ा प्रकाश किया बैठा है, वो तस्वीर उकरी होगी नाल ही सुखदेव सिंह ढींडसों की, तो फिर कहते भी वो मांजन वास्ते बीबियों फिर बाबियों तो बुढ़िया तो घुंड तो कढ़ना ही पै करूगा ना, हूँ दसो भी कौन कौन घुंड कढ़ू, मेरे सारा पंजाब ही घुंड कढ़न लाता जी। इस करके जिहड़ियां गल्लां ये मैं नहीं कहता भी ये नहीं होना चाहिए, टैक्स लगने होंगे जी, लाने पैंदे आ, सरकारां दा कम नहीं चलता, भगवंत मान ने आपके घरों पैसे नहीं लाने जी, ना अमरिंदर सिंह ने लाए है ना ही सुखबीर बादल ने लाए सी जी, वह भी टैक्स पैसा राही लाते, पर सवाल यह है कि गल वो करो जिहड़ी गल का तुहानू मुड़ के खमियाजा ना भुगतना पवे जी, इहो जिहा ना होवे कि तुसीं कोई पुट्ठी गल कर लो जिहड़ी गल दे उत्ते अमल ना हो सकदा होवे, ते फिर पतीले ही मांजे जांदे आ ना, घुंड कढ़नी पैंदी जी। बिल्कुल, केजरीवाल साहब कहिंदे आ साडी लड़ाई संविधान बचाउण लई है, हाँ कल ना असल दे विच इक रैली हुई है दिल्ली दे विच जी, उस रैली नूं कहा गया महारैली जी, इह रैली कहिंदे उन्होंने कहा सी कि लखां बंदे दे विच आउणगे, रैली दे विच कट पट तां तकड़ा दिखदा सी, पर अजे तक यह नहीं पता भी कट कट की गिनती की सी, किसी ने दस्या नहीं जी, पर वो भरमा कट सी, कट कई बारी ना मैटर नहीं करता हुंदा, इस गल ते नहीं मैटर करता हुंदा कि कट किन्ने हज़ार बंदे
ਜੀ ਜੇ ਆਪਾਂ ਉਹੀ ਭਗਤਾਂ ਨੂੰ ਭਰ ਭਰ ਕੇ ਲੈ ਜਾਵਾਂਗੇ ਉਹ ਕੀ ਕਰਨਗੇ ਜੀ ਇਕੱਠ ਤਾਂ ਉਤਸ਼ਾਹ ਦੇਖਣ ਵਾਲਾ ਹੁੰਦਾ ਕਿ ਜਿੰਨੇ ਕੁ ਬੰਦੇ ਆਏ ਉਹਨਾਂ 'ਚ ਉਤਸ਼ਾਹ ਕਿੰਨਾ ਕੁ ਉਹਦੇ ਤੋਂ ਅੰਦਾਜ਼ਾ ਲੱਗਦਾ ਕਿ ਇਹ ਕਾਡਰ ਹੈਗਾ ਜਾਂ ਇਹ ਪਹਾੜੇ ਦੇ ਬੰਦੇ ਲਿਆਂਦੇ ਵੀ ਜੀ ਵੈਸੇ ਉੱਥੇ ਨਾਰੇ ਨੂਰੇ ਚੰਗੇ ਲੱਗੇ ਬੜੇ ਗਜੇ ਕੇਜਰੀਵਾਲ ਸਾਹਿਬ ਵੀ ਸਾਡੇ ਭਗਵੰਤ ਸਿੰਘ ਮਾਨ ਵੀ ਪੂਰਾ ਬੁੜ ਕੇ ਉੱਥੇ ਜੀ ਔਰ ਜਿਹੜੇ ਹੈਗੇ ਕਪਿਲ ਸਿੱਬਲ ਉਹਨਾਂ ਨੇ ਵੀ ਕਿਹਾ ਕਿ ਹੁਣ ਮਾਮਲਾ ਜਿਹੜਾ ਹੈਗਾ ਦੇਸ਼ ਨੂੰ ਬਚਾਉਣ ਦਾ ਜੀ ਕੇਜਰੀਵਾਲ ਹੋਰਾਂ ਨੇ ਜਿਹੜੀ ਗੱਲ ਕਹੀ ਉਹ ਕਹਿੰਦੇ ਜੀ ਅਸੀਂ ਤਾਂ ਜਿਹੜਾ ਹੈਗਾ ਸੰਵਿਧਾਨ ਨੂੰ ਅਤੇ ਲੋਕਤੰਤਰ ਨੂੰ ਬਚਾਉਣ ਵਾਸਤੇ ਲੜਾਈ ਲੜ ਰਹੇ ਜੀ ਕਹਿੰਦੇ ਦੇਖੋ ਦਿੱਲੀ ਦੇ ਵਿੱਚ ਇੱਕ ਚੁਣੀ ਹੋਈ ਸਰਕਾਰ ਸੀ ਇਸ ਚੁਣੀ ਹੋਈ ਸਰਕਾਰ ਦੇ ਉੱਤੇ ਉਹਨਾਂ ਨੇ ਕਹਿੰਦੇ ਜੀ ਲੈਫਟੀਨੈਂਟ ਗਵਰਨਰ ਦੇ ਰੂਪ ਦੇ ਵਿੱਚ ਇੱਕ ਜਿੰਦਾ ਲਾਤਾ ਚੁਣੀ ਹੋਈ ਸਰਕਾਰ ਦੇ ਕੋਲ ਜਿੰਨੇ ਕੁ ਅਧਿਕਾਰ ਸੀ ਪਹਿਲੀ ਗੱਲ ਤਾਂ ਅਧਿਕਾਰ ਹੀ ਘੱਟ ਹੈ ਜੀ ਜਿਹੜੇ ਅਧਿਕਾਰ ਸੀ ਉਹਨਾਂ ਅਧਿਕਾਰਾਂ ਦੇ ਉੱਤੇ ਵੀ ਛੱਪਾ ਮਾਰ ਲਿਆ ਕਹਿੰਦੇ ਜੀ ਹਰ ਜਿਹੜੀ ਹੈ ਬਦਲੀ ਉਹ ਲੈਫਟੀਨੈਂਟ ਗਵਰਨਰ ਕਰੂਗਾ ਜਿਹੜੇ ਵਜ਼ੀਰ ਨੇ ਕੰਮ ਲੈਣਾ ਆਪਦੇ ਅਫਸਰਾਂ ਤੋਂ ਜੀ ਜੇ ਉਹ ਆਪਣੇ ਅਫਸਰ ਲਾ ਹੀ ਨਹੀਂ ਸਕੂਗਾ ਮੁੱਖ ਮੰਤਰੀ ਆਪਦੇ ਅਫਸਰ ਲਾ ਹੀ ਨਾ ਸਕੂਗਾ ਤਾਂ ਉਹਦਾ ਫਿਰ ਹੁਕਮ ਕਿਵੇਂ ਮੰਨਣਗੇ ਜੀ ਉਹਦੀਆਂ ਨੀਤੀਆਂ ਨੂੰ ਲਾਗੂ ਕਿਵੇਂ ਕਰਨਗੇ ਗੱਲ ਉਹਨਾਂ ਦੀ 100% ਸਹੀ ਹੈ ਜੀ ਇਸ ਮੁੱਦੇ ਨੂੰ ਲੈ ਕੇ ਉਹ ਚਲੇ ਗਏ ਅਦਾਲਤਾਂ 'ਚ ਥੱਲੇ ਕੋਈ ਰਾਹਤ ਨਾ ਮਿਲੀ ਲੇਕਿਨ ਸੁਪਰੀਮ ਕੋਰਟ ਦਾ ਇੱਕ 5-ਮੈਂਬਰੀ ਸੰਵਿਧਾਨਕ ਬੈਂਚ ਬਣ ਗਿਆ ਜੀ ਉਸ 5-ਮੈਂਬਰੀ ਸੰਵਿਧਾਨਕ ਬੈਂਚ ਨੇ ਫੈਸਲਾ ਇਹ ਕਰਤਾ ਕਿ ਜਿੱਥੇ ਚੁਣੀ ਹੋਈ ਸਰਕਾਰ ਹੈ ਜਿਹੜੀਆਂ ਚੁਣੀਆਂ ਹੋਈਆਂ ਮਿਨਿਸਟਰ ਜਿਹੜੀਆਂ ਚੁਣੇ ਹੋਏ ਲੋਕਾਂ ਵੱਲੋਂ ਮਿਨਿਸਟਰੀਆਂ ਬਣਾਈਆਂ ਜਾਂਦੀਆਂ ਵਜ਼ੀਰ ਹੈਗੇ ਜੀ ਉਹਨਾਂ ਨਾਲ ਸੰਬੰਧਿਤ ਸਾਰੇ ਕੰਮ ਜਿਹੜੇ ਹੈਗੇ ਭਾਈ ਉਹ ਸੂਬਾ ਸਰਕਾਰੀ ਦੇਖੂਗੀ ਉਹ ਕੇਜਰੀਵਾਲ ਸਰਕਾਰੀ ਦੇਖੂਗੀ ਅਧਿਕਾਰ ਇਹਨਾਂ ਕੋਲ ਹੈ ਜੀ ਇਹਨਾਂ ਨੇ ਬਦਲੀਆਂ ਕਰਨੀਆਂ ਇਹਨਾਂ ਨੇ ਨਿਯੁਕਤੀਆਂ ਕਰਨੀਆਂ ਜਿਹਦੀ ਮਰਜ਼ੀ ਹੈ ਬਦਲੀ ਕਰਨ ਜਿਹਦੀ ਮਰਜ਼ੀ ਹੈ ਜਿਹਨੂੰ ਰੱਖਣ ਜਿਹਨੂੰ ਮਰਜ਼ੀ ਹੈ ਪੱਟਣ ਇਹਨਾਂ ਦੀ ਜ਼ਿੰਮੇਵਾਰੀ ਜੀ ਤਿੰਨ ਚੀਜ਼ਾਂ ਸੈਂਟਰ ਦੇ ਕੋਲ ਰਹਿਣਗੀਆਂ ਲੈਂਡ ਲਾ ਐਂਡ ਆਰਡਰ ਅਤੇ ਇੱਕ ਆਪਣਾ ਪਬਲਿਕ ਆਰਡਰ ਤਿੰਨ ਚੀਜ਼ਾਂ ਤੁਹਾਡੇ ਕੋਲ ਪੁਲਿਸ ਹੋ ਗਈ ਮਤਲਬ ਜੀ ਜ਼ਮੀਨੀ ਮਾਮਲਾ ਹੋ ਗਿਆ ਅਤੇ ਨਾਲ ਹੀ ਤੁਹਾਡਾ ਜਿਹੜਾ ਹੈਗਾ ਅਮਨ ਕਾਨੂੰਨ ਦਾ ਮਾਮਲਾ ਉਹ ਸਾਰਾ ਕੁਛ ਉਹ ਇਸ ਕਰਕੇ ਹੈ ਕਿਉਂਕਿ ਦਿੱਲੀ ਜਿਹੜੀ ਹੈਗੀ ਦੇਸ਼ ਦੀ ਰਾਜਧਾਨੀ ਵੀ ਹੈ ਜੀ ਉੱਥੇ ਕਈ ਮਾਮਲੇ ਇਹੋ ਜਿਹੇ ਜਿਵੇਂ ਅੰਬੈਸੀਆਂ ਵਗੈਰਾ ਬਾਹਰਲੇ ਦੇਸ਼ਾਂ ਦੀਆਂ ਉਹਨਾਂ ਨੂੰ ਪ੍ਰੋਟੈਕਸ਼ਨ ਵਗੈਰਾ ਵੀ ਚਾਹੀਦੀ ਹੈ ਜੇ ਇਹ ਹੋ ਗਿਆ ਕਿ ਦਿੱਲੀ ਦੇ ਵਿੱਚ ਸਰਕਾਰ ਕਿਸੇ ਦੀ ਹੋਰ ਹੈ ਕੇਂਦਰ 'ਚ ਕਿਸੇ ਦੀ ਹੋਰ ਹੈ ਜੀ ਜਿਵੇਂ ਕਿ ਅੱਜ ਟਕਰਾਅ ਹੋਇਆ ਟਕਰਾਅ ਹੋ ਗਿਆ ਤਾਂ ਲਾਇਨ ਆਰਡਰ ਦੀ ਸਥਿਤੀ ਠੀਕ ਨਹੀਂ ਰਹਿਣੀ ਜੀ ਇਸ ਕਰਕੇ ਕੁਛ ਮਹਿਕਮੇ ਕੇਂਦਰ ਨੂੰ ਦਿੱਤੇ ਹੋਏ ਸੀ ਅਤੇ ਉਹ ਕੇਂਦਰ ਦੇ ਕੋਲ ਹੈਗੇ ਜੀ ਉਹ ਕਹਿੰਦੇ ਸੀ ਹੋਇਆ ਕੀ ਕਿ ਜਦੋਂ ਇਹ ਫੈਸਲਾ ਸੁਪਰੀਮ ਕੋਰਟ ਦਾ ਆ ਗਿਆ ਕਿ ਦਿੱਲੀ ਸਰਕਾਰ ਆਪਣੇ ਪੱਧਰ 'ਤੇ ਕੰਮ ਕਰ ਸਕਦੀ ਹੈ ਕੇਜਰੀਵਾਲ ਤੁਹਾਨੂੰ ਪਤਾ ਵੀ ਆਪਣੇ ਸੁਖਪਾਲ ਸੁਖ ਹਰੇ ਵਰਗਾ ਜੀ ਜਦੋਂ ਉਹਨੂੰ ਪਤਾ ਲੱਗਦਾ ਕੋਈ ਰਾਹਤ ਮਿਲ ਗਈ ਫਿਰ ਤੋਂ ਰਿਹਾ ਨਹੀਂ ਜ਼ਿਆਦਾ ਜੀ ਨਾਲ ਦੀ ਨਾਲ ਫਿਰ ਉਹ ਮੈਦਾਨ 'ਚ ਆ ਜਾਂਦਾ ਵੀ ਆ ਜਾਓ ਭਾਈ ਬੰਨ ਲਿਆ ਲਗੋਟ ਮੈਂ ਤਾਂ ਬੰਨੋ ਜਿਹਨੇ ਘੋਲ ਬੰਨਣਾ ਉਹ ਆ ਗਿਆ ਕਹਿੰਦਾ ਜਿਹਨਾਂ ਨੇ ਹੁਕਮ ਨਹੀਂ ਨਾ ਮੰਨੇ ਦੇਖਾਂਗੇ ਹੁਣ ਉਹਨਾਂ ਨੂੰ ਜੀ ਹੁਣ ਹੁਕਮ ਜੇ ਉਹਨਾਂ ਨੇ ਨਹੀਂ ਮੰਨੇ ਮੁਲਾਜ਼ਮ ਹੁਕਮ ਕਿਵੇਂ ਨਾ ਮੰਨਣਗੇ ਬਿਲਕੁਲ ਅਸਲ ਦੇ ਵਿੱਚ ਉਹਨਾਂ ਨੂੰ ਮੰਨਣ ਨਹੀਂ ਦਿੰਦਾ ਸੀ ਲੈਫਟੀਨੈਂਟ ਗਵਰਨਰ ਅਤੇ ਭਾਰਤ ਸਰਕਾਰ ਜੀ ਅਤੇ ਭਾਰਤ ਸਰਕਾਰ ਨੇ ਫਿਰ ਨਾਲ ਦੀ ਨਾਲ ਇੱਕ ਹੋਰ ਹੱਲ ਕੱਢ ਲਿਆ ਉਹ ਕਹਿੰਦੇ ਐਂ ਕਰੋ ਆਪਾਂ ਕਾਨੂੰਨ ਹੀ ਬਦਲ ਦੇਣੀ ਹੈ ਕਿਉਂਕਿ ਸੁਪਰੀਮ ਕੋਰਟ ਨੇ ਲਿਖਤਾ ਸੀ ਕਿ ਅੱਜ ਦੇ ਕਾਨੂੰਨ ਮੁਤਾਬਕ ਕੇਜਰੀਵਾਲ ਦੀ ਸਰਕਾਰ ਦਿੱਲੀ ਬਾਰੇ ਫੈਸਲੇ ਲੈ ਸਕਦੀ ਹੈ ਉਹ ਕਹਿੰਦੇ ਆਪਾਂ ਕਾਨੂੰਨ ਹੀ ਚੇਂਜ ਕਰਨੀ ਉਹਨਾਂ ਨੇ ਕਾਨੂੰਨ ਨੂੰ ਅਜੇ ਚੇਂਜ ਤਾਂ ਹੋਊਗਾ ਪਾਰਲੀਮੈਂਟ 'ਚ ਇੱਕ ਆਰਡੀਨੈਂਸ ਜਾਰੀ ਕਰਤਾ ਕਿ ਇਹ ਸਾਰੇ ਅਧਿਕਾਰ ਵੀ ਜਿਹੜੇ ਹੈਗੇ ਲੈਫਟੀਨੈਂਟ ਗਵਰਨਰ ਕੋਲ ਹੋਣਗੇ ਲੈਫਟੀਨੈਂਟ ਗਵਰਨਰ ਦੀ ਅਗਵਾਈ ਵਾਲੀ ਕੋਈ ਹੋਊਗੀ ਕਮੇਟੀ ਬਣਾਈ ਜਾਊਗੀ ਜੇ ਉਹ ਕਮੇਟੀ ਦੀ ਸਹਿਮਤੀ ਨਾ ਬਣੂਗੀ ਤਾਂ ਫਿਰ ਲੈਫਟੀਨੈਂਟ ਗਵਰਨਰ ਦਾ ਹੁਕਮ ਹੀ ਫਾਈਨਲ ਹੁਕਮ ਹੋਊਗਾ ਮਤਲਬ ਮੁੜ ਘੋੜ ਕੇ ਬੋਤੀ ਬੋਰਡ ਦੇ ਥੱਲੇ ਫਿਰ ਆ ਗਈ ਜੀ ਜਦੋਂ ਇਹ ਸਾਰਾ ਕੁਛ ਆ ਗਿਆ ਇਹਦੇ 'ਤੇ ਹੁਣ ਲੜਾਈ ਪੈ ਗਈ ਹੈ ਆਰਡੀਨੈਂਸ ਜਾਰੀ ਹੋ ਗਿਆ ਆਰਡੀਨੈਂਸ ਨੂੰ ਪਾਸ ਕਰਵਾਉਣਾ ਲੋਕ ਸਭਾ ਦੇ ਵਿੱਚੋਂ ਬੀਜੇਪੀ ਵਾਸਤੇ ਕੋਈ ਔਖਾ ਨਹੀਂ ਉਹ ਕਰਵਾ ਲੈਣਗੇ ਜੀ ਲੇਕਿਨ ਰਾਜ ਸਭਾ ਦੇ ਵਿੱਚੋਂ ਉਹ ਕਾਫੀ ਔਖਾ ਹੈ ਜੇ ਸਾਰੀਆਂ ਆਪੋਜੀਸ਼ਨ ਪਾਰਟੀਆਂ ਇੱਕ ਮੁੱਠ ਹੋ ਜਾਂਦੀਆਂ ਜੀ ਕਿਉਂਕਿ ਰਾਜ ਸਭਾ 'ਚ ਅੱਜ ਵੀ ਬੀਜੇਪੀ ਘੱਟ ਗਿਣਤੀ 'ਚ ਹੈ ਅਤੇ ਬਹੁ ਗਿਣਤੀ ਦੇ ਵਿੱਚ ਆਪੋਜੀਸ਼ਨ ਹੈ ਜੀ ਕੇਜਰੀਵਾਲ ਅਤੇ ਭਗਵੰਤ ਮਾਨ ਹੋ ਰਹੀ ਹੈ ਇਕੱਲੇ ਇਕੱਲੇ ਸਾਰੇ ਸੂਬਿਆਂ 'ਚ ਗਏ ਆ ਵੱਡੇ ਲੀਡਰਾਂ ਕੋਲ ਗਏ ਸਾਡੀ ਮਦਦ ਕਰੋ ਮਦਦ ਕਰੋ ਇਹਨਾਂ ਨੇ ਕਲੇਮ ਕੀਤਾ ਦਾਅਵਾ ਕਰਦੇ ਸਾਰਿਆਂ ਨੇ ਕਹਿੰਦਾ ਥੋੜ੍ਹੀ ਮਦਦ ਕਰਾਂਗੇ ਜੀ ਕੱਲ੍ਹ ਇਹਨਾਂ ਨੇ ਫਿਰ ਉਹ ਰੈਲੀ ਰੱਖੀ ਸੀ ਵੀ ਆਪਾਂ ਤਾਕਤ ਦਾ ਵੀ ਮੁਜ਼ਾਹਰਾ ਕਰੀਏ ਜੀ ਰੈਲੀ ਬੜੀ ਵੱਡੀ ਸੀ ਜਿਹੜੀ ਉਹਨਾਂ ਨੇ ਦਾਅਵਾ ਕੀਤਾ ਉਸ ਰੈਲੀ ਦੇ ਵਿੱਚ ਉਹਨਾਂ ਨੇ ਫਿਰ ਆਪਦਾ ਗੁੱਬ ਗਵਾਟ ਕੱਢਿਆ ਪਰ ਸਵਾਲ ਇਹ ਪੈਦਾ ਹੁੰਦਾ ਕਿ ਉਸ ਰੈਲੀ ਦੇ ਵਿੱਚ ਜਿੰਨੇ ਲੋਕਾਂ ਨੇ ਆਉਣਾ ਸੀ ਉਹ ਆਏ ਨਹੀਂ ਜੀ ਲੋਕ ਕੌਣ ਲੀਡਰ ਜੀ ਵਿਰੋਧੀ ਪਾਰਟੀ ਦਾ ਤਾਂ ਕੋਈ ਵੀ ਲੀਡਰ ਨਹੀਂ ਹੈ ਇੱਕੋ ਇੱਕ ਲੀਡਰ ਆਇਆ ਇਕੱਲਾ ਕਪਿਲ ਸਿੱਬਲ ਉਹ ਇੱਕ ਵਕੀਲ ਵੀ ਹੈ ਜੀ ਔਰ ਪਾਰਟੀ ਕਿਸੇ ਨਾਲ ਹੈ ਨਹੀਂ ਉਹਨੇ ਇਕੱਲਾ ਆਪ ਕਿਹਾ ਕਿ ਮੈਂ ਰਾਜ ਸਭਾ ਦਾ ਮੈਂਬਰ ਹਾਂ ਪਰ ਮੈਂ ਆਜ਼ਾਦ ਮੈਂਬਰ ਹਾਂ ਮੇਰੀ ਮਦਦ ਕੀਤੀ ਸੀ ਕਹਿੰਦੇ ਅਖਿਲੇਸ਼ ਸਿੰਘ ਯਾਦਵ ਹੋਰਾਂ ਨੇ ਉਹਨਾਂ ਨੇ ਮੈਨੂੰ ਕਹਿੰਦਾ ਕਾਗਜ਼ ਭਰਦੇ ਮਦਦ ਉਹਨਾਂ ਨੇ ਕਰਤੀ ਅਤੇ ਮੈਂ ਮੈਂਬਰ ਬਣ ਗਿਆ ਭਾਈ ਜੀ ਹੁਣ ਉਹ ਇਕੱਲਾ ਆਇਆ ਵੈ ਉਹਨੇ ਵੀ ਸੰਵਿਧਾਨ ਨੂੰ ਬਚਾਉਣ ਦੀ ਗੱਲ ਕਹੀ ਹੈ ਇਹ ਲੋਕਤੰਤਰ ਨੂੰ ਬਚਾਉਣ ਦੀ ਗੱਲ ਕਹਿੰਦੇ ਸੰਵਿਧਾਨ ਨੂੰ ਬਚਾਉਣ ਦੀ ਗੱਲ ਕਹਿੰਦੇ ਆ ਇਸੇ ਸਮੇਂ ਦੌਰਾਨ ਕੱਲ੍ਹ ਇੱਕ ਖਬਰ ਲੱਗਦੀ ਹੈ ਅਖਬਾਰਾਂ ਦੇ ਵਿੱਚ ਜਦੋਂ ਇਹਨਾਂ ਦੀ ਰੈਲੀ ਹੁੰਦੀ ਹੈ ਜੀ ਉਹ ਖਬਰ ਹੈ ਮਿਸਟਰ ਉਮਰ ਅਬਦੁੱਲਾ ਨੇ ਇੱਕ PC ਕੀਤੀ ਹੈ ਪ੍ਰੈਸ ਕਾਨਫਰੰਸ ਜੀ ਉਮਰ ਅਬਦੁੱਲਾ ਕੌਣ ਹੈ ਉਹ ਉਸ ਸ਼ੇਖ ਅਬਦੁੱਲੇ ਦਾ ਪੁੱਤਰ ਹੈ ਜਿਹਨੇ ਕਸ਼ਮੀਰ ਦਾ
बड़ा वड्डा योगदान है उहदे च शेख अब्दुल्ला दा जी। उहदा बापा फारूक अब्दुल्ला जिहड़ा केंद्र दा वजीर भी रहा है जी, जिहड़ा जम्मू कश्मीर दा वजीर भी रहा है, और उमर अब्दुल्ला आप भी मुख्यमंत्री रहा है जम्मू कश्मीर दा जी। उहने गल किया कहिंदे वी उहनूं पुछिया पत्रकारां ने वी की तुसीं विरोधी पार्टियां नाल मिल के एक मोर्चा बनाओगे, वह कहिंदा मैं नहीं सोचता कि सानूं मोर्चा बनाउणा चाहीदा जी, शायद असीं कहिंदा ना ही बणीए उहनां दा ऐसा जी, क्यों ना बणीए ऐसा, फिर उहने एक्सप्लेन कीता जी। वह कहिंदा देखो हुण इह लोकतंत्र नूं बचाउण दी गल करदे आ, इह संविधान नूं बचाउण दी गल करदे आ, सब तो पहला तो संविधान कहिंदे कतल जम्मू कश्मीर चो है, उदों आर्टिकल बिल्कुल जी धारा 370 ते 35 इहनूं हटाउण वास्ते भारतीय जनता पार्टी ने घोड़ा चक्या जी, और उस घोड़े का मुकाबला करने वास्ते अपोजिशन पार्टियां तो साढ़े नाल खड़ गई नहीं जी, सगो कई पार्टियां कहंदियां उस कुहाड़े का दस्ता बने जिन्हों आप पंजाबी च बाहां कह दिंदे आ जी, वह कहिंदे बाहां बन के तो उन्होंने भाई वह कम किया सानू कुतरिया जी, साडा सूबा पूरा सी जम्मू कश्मीर तो सानू सूबा तोड़ता, दो यूनियन टैरीटरीज बनातियां जी, एक लद्दाख ते एक जम्मू ते कश्मीर जी, तो साडी मदद तो कहिंदे सिर्फ चार पार्टियां ने की है जिन्होंने हाँ का नारा साढ़े हक च मारिया जी, दो कम्यूनिस्ट पार्टियां CPI ते CPM जी, तो दो दखण दियां पार्टियां, एक एक दखण दी पार्टी होगी अपनी DMK जी, MK स्टालिन दी जी, दूजी होगी बीबी ममता बैनर्जी दी पार्टी, कहिंदे चार पार्टियां ने मदद की है जी, उन्हां दे असीं शुक्रगुजार हां, उन्हां असीं उन्हां दे नाल खड़े हुए, पर असीं इन्हां दे नाल किवें जावांगे जी। हुण इत्थे जिक्रयोग तत्थ यह है कि कल भगवंत सिंह मान भी कहिंदा सी ते केजरीवाल साहब भी कहिंदे सी, इन्हां दोनां केजरीवाल जी दा वोट ही है नहीं जी, लेकिन भगवंत सिंह मान की उदों लोग सभा च वोट सी, भगवंत सिंह मान ने वोट धारा 370 नूं तोड़न दे हक च पाई सी जी। हुण लोकतंत्र दे दूजे मदई है साडे सुखबीर सिंह बादल जी, सुखबीर सिंह बादल ने भी धारा 370 नूं तोड़न दे हक च पाई सी जी, और नाल दी नाल ही बीबी हरसिमरत कौर होरां ने भी पाई सी जी, परिवारक तौर दे उत्ते नेड़ता बहुत है दोनों भरावां दोनों परिवारों की जी, और वह नेड़ता इन्नी है तुसीं देखो कि फारूक अब्दुल्ला साहब भी बादल साहब के संस्कार से आके गए जी, पर जो उन्होंने आपसी हित है भी इन्हों के असी BJP क्यों नाराज करिए जी, जो मरते तो मरन, इस करके जरूरी है कि संविधान में जो बचाने की गल करते संविधान समुचे देश वास्ते है जी, ना कि किसी एक इतिहास से या एक पार्टी वास्ते, जे तो दिल्ली धक्का होंगे तो धक्का है, तो जो धक्का कश्मीर के होंगे तो धक्का नहीं, वो फिर कहते नहीं जी भारत का एक है ना, भारत को असी एक करते हैं, इस करके गल्लां कहीं भी असं संविधान बचाने की गल करते हैं, पर संविधान बचाने की गल नहीं अपनी सत्ता बचाने की गल है जी। जी दिल्ली वाली रैली तो बाद रुख करते हैं मानसा का जी, भगवंत मान की कैबिनेट की मानसा च हुई मीटिंग का ढिल्लों साहब फिर की नफा नुकसान अंक दो? देखो जी नफा नुकसान मैं ज़्यादा तो यह है कि जी भगवंत सिंह मान की मंशा है जी, वो मंशा उन्होंने है कि लोगों के बीच जाओ फैसले लोगों करो, वजीर सारे नाल हो, प्रकाश सिंह बादल ने गल शुरू की थी जी, जो संगत दर्शन करते हुए आप जाते सारे अफसर नाल ले जाते लो भाई लोगों के मसले हल करो, हालांकि चोणवी होंगी सी जी, वो दूजिया धिर तो वर्ण नहीं दिता जाता सी जी, उत्थे सिर्फ जे अकाली दल के संबंधित लोग होंगे से होंगे, जो कोई होर आ भी जाता उन्होंने कहते तू कि सारी पार्टी ना दबा लेंगे लोकल बंदे, पर कितने कितने मतलब है जिम्मे राजा बड़िंग बढ़ गया एक बार मैं बिल्कुल ठीक है ना, राजा बड़िंग कहता जी करो मेरे गल, बादल साहब ने गल भी कर ली से क्योंकि वह MLA से जी, नहीं तो उन्हें राज्यसभा उत्तर लोग सभा विधानसभा भी रौला पाना से मीडिया भी आना से, मीडिया नाल ही बैठा से खबर बनती सी, बादल साहब बहुत सियाने से इस पक्ष तो खबर बन नहीं देंदे से, वो खबर आप ही बना के रखते से दूजे को मौका नहीं देते वो खबर बन जाए जी। सो फिर हुण इन्होंने मान साहब ने भी की, मान साहब ने पहली मीटिंग जी की लुधियाने की सर्किट हाउस जी, दूजी मीटिंग इन्होंने की जलंधर बाई इलैक्शन, तीजी मीटिंग कल इन्होंने मानसा की है, मानसा वाली जी मीटिंग है ये दूजिया मीटिंगों के नालों एक नवेकली इस करके है, पहली गल तो यह है कि सिद्धू मूसेवाला मानसा नूं बिलोंग करता सी जी, ये आपां नूं पता कि उनके मापे कोई मौका खुंझे नहीं देंदे जो उस सरकार के विरुद्ध अपनी गल ना कह जी, उहदे प्यो ने कहा कहिंदे जी असी जिला प्रशासन नूं लिखती रूप के देता सी DC ते SSP नूं कि जी असी मिलना मुख्यमंत्री साहब, उन्होंने कहता कोई नहीं मिला देंगे जी, ये कहता जो अगले दिन मिलने वास्ते गए तो उत्थे टप गए, चलो वो गनमैन सी किसी ने रोकया नहीं, बाद देखे बंदा तो अंदर बढ़ गया बचत भवन के, तो हूँ इतने कितने को रौला ना पा दे, फिर दबादा मतलब जे उ ड्यूटी वाले से उन्होंने ताड़तप भी की, तो फिर SSP साहब उन्होंने आपके नाल लै गए भी आओ जी बरियात रह के आपके दफ्तर च लै गए मिलाने जी, बैठो जी बैठो बैठो मिलना मिला की नहीं जी। इस तरीके जोड़े है किसान
ਬੀ ਕੇ ਜੂ ਉਗਰਾਹ ਵਾਲੇ ਉਹ ਕਹਿੰਦੇ ਜੀ ਗੱਲ ਇਹ ਵੀ ਸਾਨੂੰ ਤਾਂ ਮੁਆਵਜ਼ਾ ਜਿਹੜਾ ਕਹਿੰਦੇ ਸੀ ਮੁਆਵਜ਼ਾ ਦੇ ਦਿਆਂਗੇ ਤੁਹਾਨੂੰ ਫਸਲਾਂ ਦੇ ਖਰਾਬੇ ਦਾ ਨਾਲ ਦੀ ਨਾਲ ਹੀ ਗਰਦੌਰੀ ਮਗਰੋਂ ਹੋਊਗੀ ਪਹਿਲਾਂ ਮੁਆਵਜ਼ਾ ਦੇਵਾਂਗੇ ਅਤੇ ਮੁਆਵਜ਼ਾ ਤਾਂ ਮਿਲਿਆ ਕੋਈ ਨਹੀਂ ਪਿਛਲਾ ਵੀ ਨਹੀਂ ਮਿਲਿਆ ਤਾਂ ਹੁਣ ਨਵਾਂ ਵੀ ਸਾਡੀ ਤਾਂ ਖਰਾਬੀ ਹੋ ਗਈ ਸਾਡੀ ਗੱਲ ਕਰ ਲਓ ਉਹਨਾਂ ਨੂੰ ਬਕਾਇਦਾ ਕਹਿਤਾ ਸੀ ਕਿ ਤੁਹਾਡੀ ਗੱਲ ਕਰਾਵਾਂਗੇ ਜੀ ਲੇਕਿਨ ਗੱਲ ਉਹਨਾਂ ਦੀ ਨਹੀਂ ਹੋਈ ਜੀ ਜਦੋਂ ਉਹਨਾਂ ਦੀ ਗੱਲ ਨਹੀਂ ਹੋਈ ਤਾਂ ਉਹ ਦੁਖੀ ਹੋ ਗਏ ਇਸ ਗੱਲ ਦੇ ਉੱਤੇ ਉਹਨਾਂ ਨੇ ਤਾਂ ਫਿਰ ਨਾਅਰੇਬਾਜ਼ੀ ਵੀ ਕੀਤੀ ਇਸੇ ਤਰੀਕੇ ਜਿਹੜੇ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਠੇਕਾ ਮੁਲਾਜ਼ਮ ਹੈ ਜੀ ਕੱਚੇ ਮੁਲਾਜ਼ਮ ਉਹ ਵੀ ਆ ਗਏ ਉਹਨਾਂ ਦੀ ਵੀ ਤੂੰ ਆਕੜੀ ਸੀ ਹੋਈ ਉਹ ਕਹਿੰਦੇ ਅਸੀਂ ਵੀ ਆਪਦੀ ਗੱਲ ਕਰਨੀ ਹੈ ਸਾਡੇ ਦੁਆਰਾ ਹੀ ਹੈ ਸਰਕਾਰ ਸਰਕਾਰ ਕੋਲ ਜਾਣਾ ਸਰਕਾਰ ਤਾਂ ਵੈਸੇ ਸਾਰਾ ਮੰਤਰੀ ਮੰਡਲ ਹੁੰਦਾ ਪਰ ਮੁੱਖ ਮੰਤਰੀ ਸਭ ਤੋਂ ਵੱਡਾ ਮੰਤਰੀ ਹੈ ਜੀ ਉਹ ਕਹਿੰਦੇ ਜੀ ਅਸੀਂ ਮੁੱਖ ਮੰਤਰੀ ਕੋਲ ਜਾਣਾ ਕਹਿੰਦੇ ਜੀ ਨਹੀਂ ਉਹਨਾਂ ਦੀ ਸੇਮ ਪੁਜੀਸ਼ਨ ਜੇ ਆਪਾਂ ਦੇਖੀਏ ਤਾਂ ਉੱਥੇ ਇੱਕ ਜਥੇਬੰਦੀ ਹੋਰ ਬਣੀ ਹੋਈ ਹੈ ਜੀ ਜਿਹੜੀ ਨਸ਼ਿਆਂ ਦੇ ਖਿਲਾਫ਼ ਅਤੇ ਸਮਾਜਿਕ ਬੁਰਾਈਆਂ ਦੇ ਖਿਲਾਫ਼ ਬੜਾ ਕੰਮ ਕਰਦੀ ਹੈ ਕਈ ਜਥੇਬੰਦੀਆਂ ਨੇ ਮਿਲ ਕੇ ਉੱਥੇ ਬਣਾਈ ਵੀ ਹੈ ਜੀ ਉਹਨਾਂ ਨੇ ਵੀ ਕਿਹਾ ਜੀ ਸਾਡੀ ਗੱਲ ਕਰਾਓ ਕਹਿੰਦੇ ਜੀ ਕਰਾ ਦਿਆਂਗੇ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਜਿਹਨੂੰ ਝੋਟਾ ਝੋਟਾ ਕਰਕੇ ਜਾਣਿਆ ਜਾਂਦਾ ਬੜਾ ਬੇਬਾਕ ਆਦਮੀ ਹੈ ਜੀ ਪਿਛਲੇ ਦਿਨਾਂ 'ਚ ਉਹਨੇ ਨਸ਼ਿਆਂ ਦੇ ਮੁੱਦੇ ਦੇ ਉੱਤੇ ਕਾਫ਼ੀ ਮਤਲਬ ਜਿਹੜਾ ਹੈਗਾ ਉੱਥੇ ਐਕਸਪੋਜ਼ ਕੀਤਾ ਲੋਕਾਂ ਨੂੰ ਬੇਨਕਾਬ ਕੀਤਾ ਕਿ ਆਹ ਵੀ ਰਲਿਆ ਆਹ ਵੀ ਰਲਿਆ ਇੱਕ ਡੀ ਐੱਸ ਪੀ ਦਾ ਨਾਂ ਵੀ ਲਿਆ ਜੀ ਫਿਰ ਉਹਨਾਂ ਨੇ ਨਾਲ ਲਿਆ ਇੱਕ ਡਰੱਗ ਇੰਸਪੈਕਟਰ ਦਾ ਵੀ ਹੋਇਆ ਕੀ ਕਿ ਮਾਨਸਾ ਦੇ ਸਿਵਲ ਜਿਹੜਾ ਪ੍ਰਸ਼ਾਸਨ ਹੈ ਸਿਵਲ ਅਤੇ ਪੁਲਿਸ ਵਾਲਿਆਂ ਨੇ ਚੱਕ ਕੇ ਉਹਨਾਂ ਨੇ ਕੀਤਾ ਫੈਸਲਾ ਵੀ ਇਹਨੂੰ ਕਰੋ ਧੱਕੋ ਅੰਦਰ ਉੱਥੇ 307 ਦਾ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਜੀ ਫਿਰ ਉੱਥੇ ਮੋਰਚਾ ਲੱਗ ਪਿਆ ਜਦੋਂ ਮੋਰਚਾ ਲੱਗ ਪਿਆ ਉਹਦਾ ਵਿਰੋਧ ਹੋਇਆ ਅਤੇ ਫਿਰ ਉਹਨੂੰ ਛੱਡ ਵੀ ਦਿੱਤਾ ਜੀ ਛੁਡਾ ਵੀ ਦਿੱਤਾ ਹੁਣ ਉਹ ਕਹਿੰਦੇ ਜੀ ਅਸੀਂ ਮੁਲਾਕਾਤ ਕਰਨੀ ਹੈ ਹਾਂ ਉਹਨਾਂ ਨੂੰ ਵੀ ਕਰਤੀ ਸੀ ਪਰ ਮਿਲ ਨਹੀਂ ਦਿੱਤਾ ਜੀ ਕਿਉਂਕਿ ਉਹਨਾਂ ਨੂੰ ਪਤਾ ਸੀ ਫਿਰ ਇਹ ਬੰਦ ਕੱਢਣਗੇ ਵੀ ਆਹ ਕੀ ਗੱਲ ਹੋ ਗਈ ਜੀ ਕਈ ਅਫਸਰਾਂ ਦੀ ਫਿਰ ਬਲੀ ਵੀ ਲਈ ਜਾ ਸਕਦੀ ਮੇਰਾ ਮੰਨਣਾ ਇਹ ਕਿ ਭਗਵੰਤ ਸਿੰਘ ਮਾਨ ਦੀ ਜਿਹੜੀ ਮਨਸ਼ਾ ਹੈ ਮਨਸ਼ਾ 'ਤੇ ਨਹੀਂ ਆਪਾਂ ਕੋਈ ਕਿੰਤੂ ਪਰੰਤੂ ਕਰ ਸਕਦੇ ਉਹ ਠੀਕ ਹੈ ਜੀ ਪਰ ਅਫਸਰਸ਼ਾਹੀ ਨਾ ਸਰਕਾਰ ਦੇ ਮੁਤਾਬਕ ਨਹੀਂ ਚੱਲ ਰਹੀ ਇਹ ਅਫਸਰਸ਼ਾਹੀ 'ਤੇ ਨਿਰਭਰ ਹੈ ਕਿ ਉਹਨਾਂ ਨੇ ਪਹਿਲਾਂ ਹੀ ਸਾਰੇ ਲੋਕਾਂ ਨੂੰ ਕੰਨਫੀਡੈਂਸ 'ਚ ਲੈਣਾ ਹੁੰਦਾ ਹੈ ਜੀ ਉਹਨਾਂ ਨੇ ਜਿਹੜੀਆਂ ਅੱਖਾਂ ਅਤੇ ਕੰਨ ਸਰਕਾਰ ਦੀਆਂ ਅਫਸਰਸ਼ਾਹੀ ਹੁੰਦੀ ਹੈ ਜੀ ਉਹਨਾਂ ਨੇ ਜਿਹੜਾ ਥੱਲੇ ਗਰਾਊਂਡ ਵਰਕ ਕਰਨਾ ਹੁੰਦਾ ਹੈ ਉਹਨਾਂ ਨੂੰ ਸਮਝਾਉਣਾ ਹੁੰਦਾ ਕਿ ਤੁਸੀਂ ਇੰਨੀ ਗੱਲ ਕਰ ਲਿਓ ਮੁੱਖ ਮੰਤਰੀ ਨਾਲ ਪੰਜ ਪੰਜ ਚਾਰ ਚਾਰ ਮਿੰਟ ਗੱਲ ਕਰਵਾ ਦਿੰਦੇ ਮੁੱਖ ਮੰਤਰੀ ਕਦੇ ਰੋਕਦਾ ਨਹੀਂ ਹੁੰਦਾ ਜੀ ਜੇ ਪ੍ਰਸ਼ਾਸਨਿਕ ਅਧਿਕਾਰੀ ਚਾਹੁੰਦੇ ਵੀ ਗੱਲ ਕਰਨੀ ਹੈ ਜੀ ਜ਼ਰੂਰੀ ਹੈ ਜੀ ਆਪਣੀ ਜਿਹੜੀ ਹੈ ਨੇਕਨਾਮੀ ਨਾਲੋਂ ਬਦਨਾਮੀ ਵਾਲੀ ਹੋਊਗੀ ਜੀ ਤਾਂ ਮੁੱਖ ਮੰਤਰੀ ਨੇ ਤਾਂ ਨੇਕਨਾਮੀ ਲੈਣੀ ਹੈ ਜੀ ਪਰ ਇਹਨਾਂ ਨੇ ਮਤਲਬ ਜਿਹੜੀ ਹੈਗੀ ਹੈ ਰੋਕਿਆ ਵੀ ਉਹਨਾਂ ਨੂੰ ਜੀ ਮੁੱਖ ਮੰਤਰੀ ਨੂੰ ਨੇਕਨਾਮੀ ਨਹੀਂ ਲੈਣ ਦਿੱਤੀ ਬਦਨਾਮੀ ਪੱਲੇ ਪਵਾਤੀ ਜੀ ਇਹ ਜਿਹੜੀ ਹੈ ਨਾ ਇਹ ਬਿਊਰੋਕਰੇਸੀ ਇਕੱਲੀ ਮੈਂ ਮਾਨਸਾ ਦੀ ਗੱਲ ਨਹੀਂ ਕਰਦਾ ਥਰੂ ਆਊਟ ਪੰਜਾਬ ਹੋ ਰਹੇ ਜੀ ਥਰੂ ਆਊਟ ਪੰਜਾਬ ਇਹ ਗੱਲ ਚੈੱਕ ਕਰਨੀ ਚਾਹੀਦੀ ਹੈ ਭਗਵੰਤ ਮਾਨ ਹੋਰਾਂ ਨੂੰ ਮੇਰੇ ਯਾਦ ਆ ਰਿਹਾ ਇੱਕ ਵਾਰੀ ਮੌਕਾ ਹਰਚਰਨ ਸਿੰਘ ਬਰਾੜ ਬਣ ਗਏ ਪੰਜਾਬ ਦੇ ਮੁੱਖ ਮੰਤਰੀ ਜੀ ਮਰਹੂਮ ਅਵਤਾਰ ਸਿੰਘ ਬਰਾੜ MLA ਸੀ ਜੀ ਪਹਿਲਾਂ ਬੇਅੰਤ ਸਿੰਘ ਦੇ ਨਾਲ ਵਜ਼ੀਰ ਵੀ ਰਹੇ ਸੀ ਜੀ ਉਹ ਕੁਝ ਮੋਹਤਵਰ ਬੰਦਿਆਂ ਨੂੰ ਨਾਲ ਲੈ ਕੇ ਆਪਣੇ ਨੂੰ ਅਤੇ CM ਹਾਊਸ ਦੇ ਵਿੱਚ ਗਿਆ ਜੀ ਅਸੀਂ ਵੀ ਮੈਂ ਕਿਸੇ MLA ਸੱਜੇ ਨਾਲ ਗਿਆ ਸੀ ਅਸੀਂ ਵੀ ਅੰਦਰ ਬੈਠੇ ਸੀ ਅਤੇ ਉਹ ਜਦੋਂ ਅੰਦਰ ਵੜਨ ਲੱਗੇ ਤਾਂ ਉਹਨੂੰ ਅੰਦਰ ਨਾ ਵੜਨ ਦੇਣ ਪੁਲਿਸ ਵਾਲੇ ਉਹਨਾਂ ਨੇ ਤੂੰ ਮੈਂ ਹੋ ਗਈ ਰੌਲਾ ਪੈ ਗਿਆ ਜੀ ਰੌਲਾ ਪੈ ਗਿਆ ਹਰਚਰਨ ਸਿੰਘ ਬਰਾੜ ਨੂੰ ਅੰਦਰ ਸੁਣਗਾ ਵੀ ਆਹ ਕੀ ਹੋ ਗਿਆ ਜੀ ਭੱਜ ਕੇ ਗਏ ਦੇਖਿਆ ਬਾਹਰ ਉਹਨਾਂ ਦੇ ਜਿਹੜੇ ਅਹਿਲਕਾਰ ਆਏ ਸੀ ਉਹ ਕਹਿੰਦੇ ਉਹ ਚਲੋ ਉਹਨਾਂ ਨੇ ਕਿਹਾ ਵੀ ਨਹੀਂ ਸਰਦਾਰ ਜੀ ਨੂੰ ਪਤਾ ਲੱਗ ਗਿਆ ਅਤੇ ਇਹਨਾਂ ਨੂੰ ਜਾਣ ਦਿਓ ਅੰਦਰ ਜੀ ਜਾਂਦੇ ਰਹੇ ਸਾਡੇ ਬੈਠਿਆਂ ਤੋਂ ਅਤੇ ਅਵਤਾਰ ਸਿੰਘ ਬਰਾੜ ਨੇ ਹੱਥ ਬੰਨ ਲਏ ਉਹ ਸਰਦਾਰ ਹਰਚਰਨ ਸਿੰਘ ਬਰਾੜ ਨੂੰ ਕਹਿੰਦੇ ਵੀ ਸਰਦਾਰ ਸਾਹਿਬ ਮੇਰੀ ਇੱਕ ਸੁਣ ਲਓ ਗੱਲ ਆਹ ਜਿਹੜੇ ਨਾ ਪੁਲਿਸ ਵਾਲੇ ਅਫਸਰਸ਼ਾਹੀ ਤੋਂ ਬਚ ਕੇ ਰਹੋ ਇਹ ਤੁਹਾਨੂੰ ਮਰਵਾ ਦੇਣਗੇ ਜੀ ਬੇਅੰਤ ਸਿੰਘ ਫਿਜ਼ੀਕਲੀ ਮਰਵਾਤਾ ਇਹਨਾਂ ਨੇ ਅਤੇ ਆਪਣਾ ਕਾਫੀਆ ਇੰਨਾ ਤੰਗ ਕਰਤਾ ਜੇ ਮੈਂ MLA ਹਾਂ ਤੇਰੀ ਪਾਰਟੀ ਦਾ MLA ਹਾਂ ਤੇਰੇ ਪਾਰਲੀਮਾਨੀ ਹਲਕੇ ਚੋਣ ਆ ਤੇਰਾ ਨੇੜਲਾ ਆਦਮੀ ਆ ਮੈਨੂੰ ਨਹੀਂ ਕੋਈ ਬਣਦਾ ਇੱਥੇ ਮੇਰੇ ਹੀ ਹੁਜਾ ਮਾਰੀ ਜਾਂਦੇ ਆ ਅਤੇ ਆਮ ਜਨਤਾ ਦਾ ਕੀ ਬਣਦਾ ਉਹਨੇ ਲੋਕ ਤੁਹਾਡੇ ਨੇੜੇ ਨਹੀਂ ਹੋਣਗੇ ਥੋਥੋਂ ਦੂਰ ਜਾਣਗੇ ਅਤੇ ਆਪਾਂ ਫਿਰ ਉਹਦਾ ਖਮਿਆਜਾ ਭੁਗਤਾਂਗੇ ਖੈਰ ਉਹਨਾਂ ਨੂੰ ਹਰਚਰਨ ਸਿੰਘ ਬਰਾੜ ਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਕਿ ਉਹ ਆਪਦੀ ਪਾਰਟੀ ਦੀ ਅਗਵਾਈ ਕਰਨ ਵਿਧਾਨ ਸਭਾ ਦੀਆਂ ਚੋਣਾਂ 'ਚ 2014 'ਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਜੀ ਅਤੇ ਉਹਨਾਂ ਚੋਣਾਂ 'ਚ ਬੀਬੀ ਰਜਿੰਦਰ ਕੌਰ ਭੱਠਲ ਨੂੰ ਅਗਵਾਈ ਸੌਂਪੀ ਸੀ ਕਿ ਤੁਸੀਂ ਚਲਾਓ ਜੀ ਅਤੇ ਸੀਟਾਂ ਪਤਾ ਕਿੰਨੀਆਂ ਆਈਆਂ ਸੀ ਆਪਾਂ ਹੁਣ ਅਕਾਲੀਆਂ ਨੂੰ ਕਹਿ ਦਿੰਦੇ ਹਾਂ ਇਹਨਾਂ ਦੀਆਂ 15 ਆਈਆਂ ਸੀ 2017 ਵੇਲੇ ਕਾਂਗਰਸ ਦੀਆਂ 14 ਹੀ ਰਹਿ ਗਈਆਂ ਸੀ ਜੀ ਇੱਕ ਘੱਟ ਗਈ ਸੀ ਜੀ ਇਹ ਇਸ ਕਰਕੇ ਭਗਵੰਤ ਸਿੰਘ ਮਾਨ ਨੂੰ ਅਤੇ ਉਹਨਾਂ ਦੇ ਜਿਹੜੇ ਹੈਗੇ ਸਲਾਹਕਾਰ ਉਹਨਾਂ ਨੂੰ ਸੋਚਣਾ ਚਾਹੀਦਾ ਦੇਖਣਾ ਚਾਹੀਦਾ ਕਿ ਤੁਹਾਨੂੰ ਇਹ ਅਣਜਾਣਪੁਣੇ ਦੇ ਵਿੱਚ ਤੁਹਾਨੂੰ ਖੇ ਖਰਾਬ ਕਰਦੇ ਜੀ ਜਾਂ ਇਹ ਜਾਣ ਕੇ ਕਰਦੇ ਇਹ ਨੋਟ ਕਰ ਲਓ ਜੇ ਤਾਂ ਅਣਜਾਣਪੁਣੇ 'ਚ ਕਰਦੇ ਤਾਂ ਇਹਨਾਂ ਦੀ ਸਕੂਲਿੰਗ ਕਰੋ ਇਹਨਾਂ ਨੂੰ ਸਮਝਾਓ ਜੀ ਕਿ ਭਾਈ ਸਾਡੇ ਲਈ ਆਹ ਮੁੱਖ ਕੰਮ ਹੈ ਜਨਤਾ ਨੂੰ ਨਾਲ ਲੈਣਾ ਜਨਤਾ ਤੋਂ ਬਗੈਰ ਕਦੇ ਜਿਹੜੀ ਹੈ ਸਿਆਸਤ ਚੱਲਦੀ ਨਹੀਂ ਹੁੰਦੀ ਹੋਮਵਰਕ ਕਰੇ ਤੋਂ ਬਿਨਾਂ ਬਿਲਕੁਲ ਕਹਿੰਦੇ ਹੋ ਕਿ ਇਹੋ ਜਿਹੇ ਕਾਰਿਆਕ੍ਰਮ ਆ ਜਿਹੜੇ ਸਰਕਾਰ ਦੇ ਉਹ ਚੱਲ ਨਹੀਂ ਸਕਦੇ ਹਾਂਜੀ 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 ਬਿਲਕੁਲ ਜੀ ਢਿੱਲੋਂ ਸਾਹਿਬ ਅੱਜ ਦੀਆਂ ਚਰਚਿਤ ਖਬਰਾਂ 'ਤੇ ਤੁਹਾਡੀ ਟਿੱਕਾ ਟਿੱਪਣੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਮਿਹਰਬਾਨੀ ਦੋਸਤੋ ਇਹ ਸਨ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ